ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਅੱਜ ਜੋ ਸ਼ਬਦ ਅਸੀਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਉਹ ਹੈ ਚਿਮ ਚਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਨ ਸ਼ਬਦ ਵਿਚਾਰਾ। ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਵਿੱਚ 102 ਅੰਕ 'ਤੇ ਸੁਪਾਇਮਾਨ ਹੈ, ਮਾਝ ਮਹੱਲਾ 5। ਆਓ ਜੀ ਅਸੀਂ ਸ਼ੁਰੂ ਕਰੀਏ। ਦੇਖਿਓ, ਮਨ ਪੀਵੈ, ਮਨ ਪੀਵੈ ਸੁਨ ਸ਼ਬਦ ਵਿਚਾਰਾ, ਚਿਮ ਚਿਮ ਵਰਸੈ ਅੰਮ੍ਰਿਤ ਤਾਰਾ, ਅੰਮ੍ਰਿਤ ਤਾਰਾ, ਅੰਮ੍ਰਿਤ ਤਾਰਾ, ਅੰਮ੍ਰਿਤ ਤਾਰਾ, ਚਿਮ ਚਿਮ ਵਰਸੈ ਅੰਮ੍ਰਿਤ ਤਾਰਾ, ਅੰਮ੍ਰਿਤ ਤਾਰਾ। ਇਸ ਸ਼ਬਦ ਦੀ ਸਥਾਈ ਹੈ ਜੀ। ਚਲੋ ਹੁਣ ਅਸੀਂ ਅੰਤਰਾ ਦੇਖੀਏ। ਸਭ ਕਿਛ ਕਰ ਮੈਂ, ਫਿਰ ਦੇਖਿਓ, ਸਭ ਕਿਛ ਕਰ ਮੈਂ ਬਾਹਰ ਨਾਹੀ, ਬਾਹਰ
ਪੀਵੈ ਸੁਣ ਸ਼ਬਦ ਵਿਚਾਰਾ ਚਿਮ ਚਿਮ ਵਰਸੈ ਅੰਮ੍ਰਿਤ ਤਾਰਾ ਅੰਮ੍ਰਿਤ ਤਾਰਾ ਚਿਮ ਚਿਮ ਵਰਸੈ ਅੰਮ੍ਰਿਤ ਤਾਰਾ ਅੰਮ੍ਰਿਤ ਤਾਰਾ ਆਈ ਹੋਪ ਸੰਗਤ ਜੀ ਤੁਹਾਨੂੰ ਸਾਡੀ ਇਹ ਕੋਸ਼ਿਸ਼ ਪਸੰਦ ਆ ਰਹੀ ਹੋਏਗੀ ਜ਼ਰੂਰ ਇਸ ਸ਼ਬਦ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਣਾ ਅਤੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤਾਂ ਕਿ ਨਿੱਤ ਹੀ ਤੁਸੀਂ ਨਵੇਂ ਤੋਂ ਨਵੇਂ ਸ਼ਬਦ ਸੁਣ ਸਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ